ਨਹੀਂ ਦੀਦਾਰ ਸੰਧੂ ਨੇ ਮੇਰਾ ਵਾਹ ਵਾਸਤਾ ਸਿਰਫ ਇੰਨਾ ਕਰਿਆ ਕਿ ਦੀਦਾਰ ਸੰਧੂ ਸਦੀਕ ਸਾਹਿਬ ਕੋਲ ਆਉਂਦੇ ਹੁੰਦੇ ਸੀ ਜੀ ਤੇ ਦੋ ਚਾਰ ਵਾਰੀ ਮੈਂ ਵੀ ਉੱਥੇ ਬੈਠੇ ਪਰ ਦੀਦਾਰ ਸੰਧੂ ਹਾਜ਼ਰ ਜਵਾਬ ਇੰਨਾ ਵੱਡਾ ਸੀਗਾ ਨਾ ਮੈਂ ਕਹਿ ਨਹੀਂ ਸਕਦਾ ਵੀ ਮੈਂ ਕੋਈ ਬੰਦਾ ਵੇਖਿਆ ਨਹੀਂ ਜੀ ਕਿਉਂਕਿ ਮੈਂ ਇੱਕ ਵਾਰੀ ਦੀ ਗੱਲ ਥੋੜ੍ਹਾ ਨਾ ਸਾਂਝੀ ਕਰਦਾ ਉਹਦੇ ਈਦ ਸੀਗੀ ਜੀ ਮੈਂ ਵੀ ਉੱਥੇ ਬੈਠਾ ਅਤੇ ਸਦੀਕ ਸਾਹਿਬ ਬੈਠੇ ਅਤੇ ਦੀਦਾਰ ਸੰਧੂ ਵੀ ਆ ਗਏ ਲਗਭਗ ਮੈਨੂੰ ਉਹਦਾ 2-2:30 ਵਜੇ ਦਾ ਟਾਈਮ ਹੋਊਗਾ ਜੀ ਅਤੇ ਦੀਦਾਰ ਸੰਧੂ ਨੇ ਆ ਕੇ ਆਖਿਆ ਈਦ ਮੁਬਾਰਕ ਸਦੀਕ ਸਾਹਿਬ ਕਹਿੰਦੇ ਈਦ ਮੁਬਾਰਕ ਈਦ ਮੁਬਾਰਕ ਥੋੜ੍ਹਾ ਜਿਹਾ ਕਾਹਲੀ ਬੋਲਦੇ ਉਹਦਾ ਫਿਰ ਈਦ ਮੁਬਾਰਕ ਆ ਤਾਂ ਕੁਛ ਹੋ ਜੇ ਉਹਦਾ ਯਾਰ ਵੀ ਮੈਂ ਹੁਣੇ ਹੀ ਪੈਸੇ ਦਿੱਤੇ ਆ ਗਿਆਨੀ ਜੀ ਨੂੰ ਰਣਜੀਤ ਕੌਰ ਦੇ ਪਿਓ ਦੀ ਗੱਲ ਕਰਦੇ ਸੀ ਮੇਰੇ ਸਾਹਮਣੇ ਪੈਸੇ ਦਿੱਤੇ ਸੀ ਵੀ ਜਾ ਲਿਆਓ ਕੁਛ ਨਾ ਕੁਛ ਅੱਜ ਆਪਾਂ ਅਤੇ ਉਹ ਥੋੜ੍ਹੀ ਦੇਰ ਬਾਅਦ ਫਿਰ ਦੀਦਾਰ ਸੰਧੂ ਕਹਿੰਦੇ ਵੀ ਕੁਛ ਹੋ ਜੇ ਤਾਂ ਸਦੀਕ ਸਾਹਿਬ ਥੋੜ੍ਹੇ ਜਿਹੇ ਖਿੱਚ ਕੇ ਕਹਿੰਦੇ ਯਾਰ ਕਿਸੇ ਗੱਲ ਦਾ ਕੋਈ ਟਾਈਮ ਹੁੰਦਾ ਤੂੰ ਇੱਕੇ ਗੱਲ ਨੂੰ ਮੁੜ ਮੁੜ ਘੁਮਾਈ ਜਾਂਦਾ ਅੱਛਾ ਉਹਦਾ ਯਾਰ ਟਾਈਮ ਨੂੰ ਸਾਡੇ ਟਾਈਮ ਨੇ ਕਿਹੜਾ ਕੁੰਡਾ ਖੜਕਾਉਣਾ ਸਾਡਾ ਟਾਈਮ ਤਾਂ ਹੋਇਆ ਹੋਇਆ ਮਤਲਬ ਇਹ ਬਹੁਤ ਵੱਡੀ ਉਹ ਬੰਦੇ ਦੇ ਵਿੱਚ ਸੀਗੀ ਵੀ ਮੌਕੇ 'ਤੇ ਬੋਲਦੇ ਬਹੁਤ ਘੱਟ ਸੀ ਪਰ ਜਿਹੜਾ ਬੋਲਦੇ ਟਿਕਾ ਕੇ ਬੋਲਦੇ ਟਿਕਾ ਕੇ ਬੋਲਦੇ ਵੀ ਸਾਡਾ ਤਾਂ ਟਾਈਮ ਹੋਇਆ ਵਾ ਉਹਨੇ ਕਿਹੜਾ ਕੁੰਡਾ ਫਿਰ ਖੜੇ ਖੜੇ ਤੁਰ ਗਏ ਚੱਲ ਕਾਕਾ ਕਹਿੰਦਾ ਆਪਾਂ ਇਹਨਾਂ ਦੀ ਝਾਕ 'ਤੇ ਰੋਟੀ ਵਾਲਾ ਡੱਬਾ ਨਾ ਚੁਕਾ ਲਈਏ ਮਤਲਬ ਇਹ ਚੀਜ਼ ਉਹ ਬੰਦੇ ਦੇ ਵਿੱਚ ਬਹੁਤ ਵੱਡੀ ਸੀ ਗੱਲ ਬੜੀ ਵਧੀਆ ਇਹੋ ਜਿਹੀ ਕਰਦੇ ਸੀ ਵੀ ਬੰਦੇ ਇੱਕ ਵਾਰੀ ਕੀ ਹੋਇਆ ਕਿ ਇਹ ਸਦੀਕ ਸਾਹਿਬ ਦੀਦਾਰ ਅਤੇ ਮਾਣਕ ਅਤੇ ਸਰਦੂਲ ਇਕੱਠੇ ਹੀ ਆਉਂਦੇ ਸੀ ਕਿਸੇ ਗੱਡੀ 'ਚ ਚੰਡੀਗੜ੍ਹ ਤੋਂ ਜੀ ਅਤੇ ਉਹ ਯਾਦਾਂ ਦੀਦਾਰ ਦੀਆਂ 'ਚ ਅਸੀਂ ਲਿਖਿਆ ਨਹੀਂ ਮਤਲਬ ਜੀ ਜੀ ਕਾਰਨ ਇਹ ਸੀਗਾ ਵੀ ਕੁਲਦੀਪ ਮਾਣਕ ਨੂੰ ਭੈੜਾ ਲੱਗਣਾ ਸੀ ਮੈਨੂੰ ਉਹਨਾਂ ਨੇ ਕਿਹਾ ਅਸੀਂ ਸਰਦੂਲ ਤੋਂ ਪੁੱਛਿਆ ਕੋਈ ਦੀਦਾਰ ਦੀ ਯਾਦ ਉਹਦਾ ਯਾਰ ਵੀ ਯਾਦ ਤਾਂ ਮੈਂ ਦੱਸ ਦਿੰਦਾ ਤੁਸੀਂ ਲਿਖਿਓ ਨਾ ਅਸੀਂ ਕਿਹਾ ਚਲੋ ਕਮਿਟਮੈਂਟ ਆ ਤੁਹਾਡੇ ਨਾਲ ਵੀ ਨਹੀਂ ਲਿਖਦੇ ਉਹਨਾਂ ਨੇ ਫਿਰ ਦੱਸਿਆ ਵੀ ਕਹਿੰਦੇ ਅਸੀਂ ਗੱਡੀ ਦੇ ਵਿੱਚ ਆਉਂਦੇ ਸੀ ਦਾਰੂ ਪੀਤੀ ਸੀ ਸਾਰਿਆਂ ਦੀ ਜਿੰਨੀ ਜਿੰਨੀ ਪੀ ਕੁਲਦੀਪ ਮਾਣਕ ਦੀ ਵੀ ਪੀਤੀ ਸੀ ਕਹਿੰਦੇ ਤੇਲ ਪਾਉਣ ਲੱਗੇ ਇੱਕ ਪਾਸੇ ਕਹਿੰਦੇ ਤੇਲ ਪੈਣ ਲੱਗਿਆ ਦੂਜੇ ਪਾਸੇ ਮਾਣਕ ਖੜਾ ਪਿਸ਼ਾਬ ਕਰਨ ਲੱਗ ਗਿਆ ਕਹਿੰਦਾ ਦੀਦਾਰ ਨੂੰ ਕਿਹਾ ਸਦੀਕ ਸਾਹਿਬ ਨੇ ਸਦੀਕ ਸਾਹਿਬ ਕਹਿੰਦੇ ਦੀਦਾਰ ਵੀ ਜੇ ਇਹਦੇ 'ਚ ਰੱਬ ਥੋੜ੍ਹੀ ਜਿਹੀ ਅਕਲ ਪਾ ਦਿੰਦਾ ਅਤੇ ਕਿੱਡਾ ਵੱਡਾ ਕਲਾਕਾਰ ਸੀ ਸਿਉਂਦੇ 'ਚ ਸੁਹਾਗਾ ਨਾ ਹੋ ਜਾਂਦਾ ਉਹ ਕਹਿੰਦਾ ਐਡੇ ਕੁ ਸਰੀਰ 'ਚ ਹੋਰ ਉਹ ਕੀ ਪਾਉਂਦਾ ਕਲਾ ਪੈ ਗਈ ਕਹਿੰਦਾ ਅਕਲ ਰਹਿ ਗਈ ਮਤਲਬ ਉਹ ਬੜੀ ਵੱਡੀ ਗੱਲ ਸੀ ਉਹਦੀ ਜਿਹੜੀ ਗੱਲ ਕਰਦਾ ਸੀ ਬੜੇ ਟਿਕਾ ਕੇ ਕਰਦਾ ਸੀ ਇਹ ਇੰਨੇ ਕੁ ਸਰੀਰ 'ਚ ਹੋਰ ਕੀ ਕਰ ਦਿੰਦਾ ਇਹ ਮਤਲਬ ਕੁਦਰਤੀ ਆ ਜੀ ਵਾ ਤਾਂ ਹੀ ਦੇਖੋ ਅੱਜ ਮੇਰੇ ਖਿਆਲ ਪੰਜਾਬ ਦੇ ਉਹ ਪਹਿਲੇ ਇਹੋ ਜਿਹੇ ਗੀਤਕਾਰ ਨੇ ਗਾਇਕ ਨੇ ਜਿਨ੍ਹਾਂ ਦੇ ਗੀਤਾਂ ਦੇ PhD ਹੋ ਰਹੀ ਹੈ ਹਾਂ PhD ਹੋਈ ਆ ਮੈਨੂੰ ਲੱਗਦਾ 3-4 ਸਟੂਡੈਂਟ ਤਾਂ ਕਰ ਵੀ ਗਏ ਕਰ ਵੀ ਉਹਨਾਂ 'ਚ ਇੱਕ ਸਾਡੀ ਰਿਲੇਟਿਵ ਹੈ ਸਾਡੇ ਮਾਮੇ ਦੀ ਲੜਕੀ ਕੱਲ ਕਲਾਂ ਤੋਂ ਆ ਵੀ ਘਰਾਂ 'ਚੋਂ ਉਹਨੇ ਵੀ ਕੀਤੀ ਹੈ ਅਤੇ ਕਿਉਂਕਿ ਦੀਦਾਰ ਦੀ ਵੋਕੈਬਲਰੀ ਤਾਂ ਪਤਾ ਹੀ ਨਹੀਂ ਕਿੰਨੀ ਸੀਗੀ ਈਵਨ ਸੰਤ ਸਿੰਘ ਸਿੱਖ ਉਹਨੇ ਇਹ ਗੱਲ ਮੰਨੀ ਅਸੀਂ ਉਹਨਾਂ ਤੋਂ ਦੀਦਾਰਨਾਮੇ ਦਾ ਮੁੱਖ ਬੰਦ ਲਿਖਾਇਆ ਜੀ ਉਹਨੇ ਇਹ ਗੱਲ ਮੰਨੀ ਕਿ ਮੈਂ ਕਈ ਲਫ਼ਜ਼ ਦੀਦਾਰ ਦੇ ਆਪਦੀ ਵਾਰਤਕ 'ਚ ਵਰਤੇ ਹੈ ਅਤੇ ਲੋਕਾਂ ਨੂੰ ਇਹ ਗੱਲ ਸੀਗੀ ਕਿ ਇਹ ਸਿੱਖੋਂ ਦੀ ਕਾਢ ਹੈ ਐਕਚੁਅਲ ਉਹ ਸ਼ਬਦ ਜਿਹੜੇ ਦੀਦਾਰ ਦੇ ਸੀ ਮੈਂ ਕਹਿੰਦਾ ਦੀਦਾਰ ਦੇ ਗੀਤਾਂ ਦਾ ਕੰਨ ਰਸੀਆ ਸੀ ਮੈਂ ਸੁਣਦਾ ਸੀ ਵਰਗੀ ਦੀਦਾਰ ਸੰਧੂ ਦਾ ਮੇਲਾ ਵੀ ਅਸੀਂ ਫਿਰੋਜ਼ਪੁਰ ਲਾਇਆ ਉਹਦੀ ਮੌਤ ਤੋਂ ਅਗਲੇ ਸਾਲ ਵਾਹ ਹੈਂ ਬਹੁਤ ਵੱਡਾ ਮੇਲਾ ਸੀ ਉਦੋਂ ਬੇਅੰਤ ਸਿੰਘ ਆਏ ਸੀਗੇ ਅਤੇ ਮੈਨੂੰ ਲੱਗਦਾ ਫਿਰੋਜ਼ਪੁਰ ਦੀ ਧਰਤੀ 'ਤੇ ਸ਼ਹੀਦ ਭਗਤ ਸਿੰਘ ਸਟੇਡੀਅਮ ਦੇ ਵਿੱਚ ਪਹਿਲੀ ਵਾਰ 55,000 ਦਾ ਇਕੱਠ ਹੋਇਆ ਸੀ ਤਾਂ ਉਹਦਾ ਵੀ ਸੁਭਾਵਿਕ ਤੁਹਾਨੂੰ ਦੱਸਦਾ ਵੀ ਇਵੇਂ ਬਣਿਆ ਕਈ ਵਾਰ ਕੁਦਰਤੀ ਗੱਲਾਂ ਤੁਹਾਡੇ ਮੂੰਹੋਂ ਨਿਕਲਦੀਆਂ ਹੋ ਜਾਂਦੀਆਂ ਮੈਂ ਦੀਦਾਰ ਦੇ ਭੋਗ 'ਤੇ ਗਿਆ ਜਾਣਾ ਸੀ ਸਦੀਕ ਸਾਹਿਬ ਹੋਣਾ ਨੇ ਅਤੇ ਮੈਂ ਵੀ ਕੁਦਰਤੀ ਉੱਥੇ ਗਿਆ ਤਾਂ ਕਹਿੰਦੇ ਵੀ ਅੱਜ ਦੀਦਾਰ ਦਾ ਭੋਗ ਆ ਮੈਂ ਕਿਹਾ ਯਾਰ ਵੀ ਆਪਾਂ ਦੀਦਾਰ ਨੂੰ ਦੇ ਮੁੰਡੇ ਨੂੰ ਪੱਗ ਦੇ ਦਈਏ ਜੀ ਸਦੀਕ ਸਾਹਿਬ ਨੂੰ ਮੈਂ ਕਿਹਾ ਉਹ ਕਹਿੰਦਾ ਉਹਦਾ ਕੀ ਮਤਲਬ ਮੈਂ ਕਿਹਾ ਜੀ ਮਤਲਬ ਇਹ ਹੈ ਕਿ ਮੈਂ ਚਾਹੁੰਦਾ ਵੀ ਇਸ ਘਰ 'ਚ ਇਹ ਚੀਜ਼ ਬਣੀ ਰਹੇ ਉਹ ਕਹਿੰਦੇ ਚੱਲ ਠੀਕ ਹੈ ਫਿਰ ਲਿਆਓ ਉਹਨਾਂ ਨੇ ਮੈਨੂੰ ਪਰਵਾਨੇ ਨਾਲ ਘੱਲਿਆ ਸੀ ਪੱਗ ਲੈ ਲਈ ਜਾ ਕੇ ਸਾਰੇ ਪੰਜਾਬ ਦੇ ਵਿੱਚ ਕਿ ਜਿੰਨੇ ਉਹਦੇ ਉਸ ਵੇਲੇ ਫਾਲੋਅਰ ਇਕੱਠੇ ਹੋਏ ਸੀ ਉਹ ਪੱਗ ਦੇਣ ਵਾਲਾ ਮੈਂ ਹੀ ਸੀ ਉਹ ਪੱਗ ਦਾ ਮੁੜ ਕੇ ਕੀ ਹੋਇਆ ਕਿ ਇੱਕ ਵਾਰੀ ਮੈਨੂੰ ਸਦੀਕ ਸਾਹਿਬ ਨੇ ਕਿਹਾ ਸੀ ਵੀ ਪੱਗ ਨੂੰ ਵਰਤ ਕੇ ਕਈ ਵਾਰ ਪੱਗ ਦਾ ਮੁੱਲ ਮੋੜਨਾ ਪੈਂਦਾ ਜੇ ਤੁਸੀਂ ਲੈਂਦੇ ਹੋ ਜਾਂ ਦਿੰਦੇ ਹੋ ਜੀ ਉਹ ਪੱਗ ਦਾ ਪ੍ਰਤੀਕਰਮ ਇਹ ਹੋਇਆ ਕਿ ਕੁਛ ਹੋਰ ਜ਼ਿਆਦਾ ਮੇਰੇ ਨਾਲ ਵੀ ਭਗਤ ਵੱਡੇ ਸੀਗੇ ਸਦੀਕ ਦੀਦਾਰ ਸੰਧੂ ਦੇ ਉਹ ਮੇਰੇ ਕੋਲ ਆ ਕੇ ਮੈਨੂੰ ਕਹਿੰਦੇ ਵੀ ਆਪਾਂ ਨਾ ਦੀਦਾਰ ਦਾ ਮੇਲਾ ਲਾਉਣਾ ਅਤੇ ਉਹਨਾਂ ਨੇ ਇੱਕ ਮੰਚ ਬਣਾ ਲਿਆ ਮੰਚ ਦਾ ਮੈਨੂੰ ਪ੍ਰਧਾਨ ਬਣਾ ਦਿੱਤਾ ਵਾਹ ਕਿਆ ਬਾਤ ਉਹ ਫਿਰ ਆ ਗਈ ਨਾ ਗੱਲ ਉੱਥੇ ਹੁਣ ਉਸ ਜ਼ਿੰਮੇਵਾਰੀ ਤੋਂ ਬੰਦਾ ਭੱਜ ਨਹੀਂ ਸਕਦਾ ਉਹਦੇ ਵਿੱਚ ਫਿਰ ਇਹ ਹੋਇਆ ਕਿ ਮੇਲਾ ਵੀ ਲਾਉਣਾ ਪਿਆ ਇੱਕ ਟੇਪ ਵੀ ਦੀਦਾਰ ਦੀ ਕਰਨੀ ਪਈ ਅਤੇ ਉਸ ਤੋਂ ਬਾਅਦ ਦੀਦਾਰਨਾਮਾ ਵੀ ਛਾਪਣਾ ਪਿਆ ਦੀਦਾਰਨਾਮਾ ਅਤੇ ਦੀਦਾਰ ਵਿਛੋੜਾ ਟੇਪ ਇਹ ਉਹਨਾਂ ਉਸ ਟਾਈਮ 'ਤੇ ਇਹ ਕਰਨਾ ਪਿਆ ਇੱਕ ਉਸ ਪੱਗ ਦੇ ਕਦਮ ਤੋਂ ਵੀ ਅਗਲਾ ਕਹਿੰਦਾ ਯਾਰ ਉਦੋਂ ਤੂੰ ਪੱਗ ਦੇਈ ਜਾਂਦਾ ਸੀ ਤੂੰ ਐਂ ਕਰਦਾ ਸੀ ਅਤੇ ਹੁਣ ਤੂੰ ਭੱਜਦਾ ਇਸ ਕਰਕੇ ਦੀਦਾਰ ਜੀ ਦੇ ਯਾਦ ਦੇ ਵਿੱਚ ਮੇਲਾ ਵੀ ਲਾਇਆ ਕਿਤਾਬ ਵੀ ਲਿਖੀ ਸਭ ਤੋਂ ਪਹਿਲਾਂ ਮੈਂ
ਦੀਦਾਰ ਸੰਧੂ ਕੋ ਜਾਣ ਲੱਗਿਆ ਅਤੇ ਸਭ ਤੋਂ ਐਂਡ 'ਚ ਉਹਨਾਂ ਨਾਲ ਸ਼ਾਦੀ ਸ਼ਿਕਰ ਕੀਤੀ। ਅੱਛਾ ਜੀ। ਸਾਰਿਆਂ ਨੇ ਜਦ ਕਰ ਲਈ ਹੋਣੀ ਆ ਮੇਰੇ ਗੱਲ, ਮੈਂ ਬਾਅਦ 'ਚ ਕੀਤੀ। ਕਾਫੀ ਸਾਲ ਬਾਅਦ ਗੀਤਕਾਰੀ ਦੇ ਵਿੱਚ ਤੁਸੀਂ, ਤੁਹਾਡੇ ਉਸਤਾਦ ਦੀਦਾਰ ਸੰਧੂ ਜੀ, ਦੀਦਾਰ ਸੰਧੂ ਉਹਨਾਂ ਨੂੰ ਤੁਸੀਂ ਰਵਾਇਤੀ ਤੌਰ 'ਤੇ? ਬਿਲਕੁਲ ਬਿਲਕੁਲ, ਉਹਨਾਂ ਬਕਾਇਆ ਪੱਗ ਪੁੱਗ ਦੇ ਕੇ ਸਾਰਾ ਰਸਮਾਂ ਕੀਤੀਆਂ। ਉਹਨਾਂ ਦਾ ਸਭ ਤੋਂ ਵੱਡਾ ਪਣਾ ਵੀ ਉਹ ਲੁਧਿਆਣੇ ਆਉਂਦੇ ਜਾਂਦੇ, ਘਰੋਂ ਉਹਨਾਂ ਨੇ ਪਰੌਠੇ ਪਰੂਠੇ ਬੰਨ ਕੇ ਲਿਆਉਣੇ, ਵਧੀਆ ਘਰ ਦੇ ਉਹਨਾਂ ਦੇ, ਵਧੀਆ ਸੇਵਾ ਕਰਦੇ। ਮੈਂ ਉਹਨਾਂ ਦੇ ਘਰ ਜਾਂਦਾ ਰਿਹਾ, ਇਹਦਾ ਡੈਡੀ ਵੀ ਦੇਖਿਆ ਇਹਨਾਂ ਦਾ, ਇਹਦੀ ਮਦਰ ਵੀ ਦੇਖੀ। ਹਾਂਜੀ ਹਾਂਜੀ, ਮੈਂ ਇਹਨਾਂ ਦੇ ਤਕਰੀਬਨ ਜਦ ਇਹਨਾਂ ਕੋਲ ਸਕੂਟਰ ਹੁੰਦਾ ਸੀ, ਅਸੀਂ ਦੋਵੇਂ ਸਕੂਟਰ 'ਤੇ ਜਾਂਦੇ ਹੁੰਦੇ ਸੀ। ਇੱਕ ਵਾਰੀ ਦੀ ਗੱਲ ਆ, ਦਰਸ਼ਨ ਇਹਨਾਂ ਦਾ ਕਾਮਰੇਡ ਭਾਈ ਹੁੰਦਾ ਸੀ, ਉਹ ਆ ਕੇ ਸ਼ਾਮ ਨੂੰ ਚਲੋ ਮੇਰੇ ਕਰਕੇ ਕਈ ਵਾਰ ਦੀਦਾਰ ਸੰਧੂ ਵੀ ਪੀ ਲੈਂਦੇ ਸੀ, ਸ਼ਾਮ ਨੂੰ ਪੀਣ ਪੂਣ ਲੱਗੇ, ਉਹ ਕਹਿੰਦਾ ਬਹਿ ਕੇ ਆ ਗਏ ਬਈ ਦੋ ਗੀਤਕਾਰ ਇਕੱਠੇ ਹੋ ਗਏ ਅੱਜ। ਮੈਂ ਕਿਹਾ ਹਾਂਜੀ ਆ ਜਾਓ ਜੀ, ਆ ਜਾਓ ਬਹਿ ਜਾਓ। ਅੱਛਾ ਕਹਿੰਦਾ ਦੱਸੋ ਇਹ ਰਾਂਝੇ ਹੋਣੀ ਕਾਏ ਕਾਏ ਭਾਈ ਤੇ ਰਾਂਝੇ ਹੋਣੀ, ਉਹ ਪਤਾ ਨਹੀਂ ਮੇਰੇ ਤੋਂ ਪਤਾ ਨਹੀਂ ਛੇ ਕਿਹਾ ਗਿਆ। ਦੀਦਾਰ ਸੰਧੂ ਕਹਿੰਦਾ ਸੱਤ ਨੇ, ਕਹਿੰਦਾ ਦੋ ਹੀ ਫੇਲ ਹੋ ਗਿਆ, ਕਹਿੰਦਾ ਅੱਠ ਭਾਈ ਹੋਣਗੇ ਉਹ। ਅਸੀਂ ਕਿਹਾ ਜੀ ਹਾਂ, ਫਿਰ ਉਹਨੇ ਸਾਨੂੰ ਸਮਝਾਇਆ ਵੀ ਜਾਣੀ ਉਹ ਬਹੁਤ ਸਿਆਣੇ ਸੀ, ਬਹੁਤ ਵਧੀਆ ਵਧੀਆ ਗੱਲਾਂ ਕਰਨੀਆਂ। ਗੱਲ ਇੱਥੇ ਮੈਂ ਹੁਣ ਤੁਹਾਡੇ ਸੰਧੂ ਸਾਹਿਬ ਦੀ ਗੱਲ ਫਿਰ ਚੱਲ ਪਈ। ਹਾਂਜੀ, ਤੁਹਾਡੇ ਗੀਤ ਉਹਨਾਂ ਨੇ ਰਿਕਾਰਡ ਨਹੀਂ ਕਰਾਏ ਫਿਰ, ਤੁਸੀਂ ਕਿਹਾ ਸਟੇਜਾਂ 'ਤੇ ਬਹੁਤ ਗਏ? ਹਾਂ, ਸਟੇਜਾਂ 'ਤੇ ਕਰਾਏ ਉਹਨਾਂ ਨੇ। ਇੱਕ ਵਾਰੀ ਹੋ ਗਿਆ ਸੀ ਆ, ਮਰ ਗਿਆ ਨਹੀਂ ਅਤਰ ਕੁਰੇ। ਅੱਛਾ ਜੀ। ਇਹ ਗੀਤ ਇਹ ਸੁਨੀਲ ਲਤਾ ਨੇ ਕਹਿ ਕੇ ਜਿਵੇਂ ਮੇਰੇ ਤੋਂ ਵੀ ਆਹ ਗੀਤ ਲਿਖਿਆ। ਅੱਛਾ ਜੀ। ਇਹ ਮੈਂ ਲਿਖਿਆ ਸੀ। ਅੱਛਾ ਜੀ। ਉਹ ਮੈਨੂੰ ਕੁਛ ਮੇਰੇ ਖਿਆਲ ਜਦ ਉਹ ਰਿਕਾਰਡ ਹੋਇਆ, ਮੈਂ ਸ਼ਾਇਦ ਕਲਕੱਤੇ 'ਚ ਲੱਗਿਆ ਸੀ, ਕੋਈ ਗੱਲ ਹੋਈ, ਮੈਂ ਉਹ ਲਿਖ ਕੇ ਗੀਤ ਤਾਂ ਇਹਨਾਂ ਨੂੰ ਦੇ ਗਿਆ, ਪਰ ਗੀਤ ਪੂਰਾ ਨਹੀਂ ਇਹਨਾਂ ਨੂੰ ਲੱਭਿਆ ਨਹੀਂ, ਉਹਨਾਂ ਹੀ ਰਹਿ ਗਿਆ ਅਤਰ ਕੁਰੇ। ਉਹਨਾਂ ਨੇ ਫਿਰ ਦੀਦਾਰ ਸੰਧੂ ਨੇ ਪੂਰਾ ਕਰਕੇ ਉਹ ਆਪਦੇ ਨਾਂ 'ਤੇ ਲਿਖਿਆ। ਊਂ ਵੀ ਜਦ ਆਪ ਖੁਦ ਲਿਖਦੇ ਸੀ ਕਿ ਨਾ ਉਹ, ਹੁਣ ਨਾ ਤਾਂ ਆਪਣਾ ਕਹਿਣ ਦਾ ਉਹਨਾਂ ਨੂੰ ਪੈਂਦਾ ਸੀ, ਕਿਉਂਕਿ ਉਹ ਵਧੀਆ ਲਿਖਦੇ ਸੀ ਬਹੁਤ ਕਮਾਲ ਦਾ। ਉਹਨਾਂ ਨੇ ਹੁਣ ਆਹ ਜਦ ਮੈਨੂੰ ਆਹ ਕਿਹੜਾ ਗੀਤ ਸੀ, ਅੱਧੇ ਅੱਧੇ ਗੀਤ ਲਿਖ ਕੇ ਮੈਨੂੰ ਸੁਣਾ ਦਿੰਦੇ ਦਿਖਾਉਂ, ਪਹਿਲੀ ਉਹਨਾਂ ਦੀ ਕਿਤਾਬ ਦਾ ਖਾੜਾ ਮੇਰੇ ਹੱਥੀਂ ਲਿਖਿਆ ਹੋਇਆ, ਉਹ ਖਾੜਾ ਜਾਣੀ ਪਹਿਲੀ ਕਿਤਾਬ ਤਾਂ ਮੈਂ ਲਿਖਿਆ ਸੀ, ਜਦ ਜਮ੍ਹਾਂ ਹੀ ਪਤਲੇ ਪਤਲੇ ਜਿਹੇ ਹੁੰਦੇ ਸੀ ਇਹ। ਫਿਰ ਮੈਨੂੰ ਦੀਦਾਰ ਸੰਧੂ 'ਤੇ ਅਸੀਂ ਜਾਂਦੇ ਹੁੰਦੇ ਸੀ ਗਾਹਾਂ, ਰੋਟੀ ਖਾਣ ਦੁਪਹਿਰੇ ਦੀ ਇੱਕ ਆਰਤੀ ਸਿਨੇਮਾ, ਉੱਥੇ ਭਲਵਾਨ ਦਾ ਹੋਟਲ ਹੁੰਦਾ ਢਾਬਾ ਹੁੰਦਾ ਸੀ, ਉੱਥੇ ਜਾ ਕੇ ਰੋਟੀ ਖਾਣੀ। ਉੱਥੇ ਜਾ ਕੇ ਫਿਰ ਕੀ ਕਰਨਾ, ਕਹਿੰਦਾ ਇਹਨੇ ਦੁਪਹਿਰੇ ਹੀ ਇਹ ਦੀਦਾਰ ਸੰਧੂ ਨੇ ਕੀ ਕਰਨਾ, ਉੱਥੋਂ ਦਾਰੂ ਲਿਆਉਣੀ ਘਰੋਂ ਨਹੀਂ, ਹਾਂਜੀ ਠੇਕੇ ਤੋਂ, ਠੇਕੇ ਅੰਗਰੇਜ਼ੀ ਦਾਰੂ ਦਾ ਵਧੀਆ ਲਿਆਉਣਾ, ਠੀਕ ਹੈ। ਮੈਨੂੰ ਕਹਿੰਦਾ ਤੂੰ ਪੀ ਲਏਗਾ? ਮੈਂ ਕਿਹਾ ਯਾਰ ਨਹੀਂ, ਮੈਂ ਤਾਂ ਘੱਟ ਵਧੀਆ ਨਹੀਂ। ਕਹਿੰਦਾ ਚੱਲ ਪੀ ਲਾ ਥੋੜ੍ਹੀ ਬਹੁਤੀ। ਇਹ ਮੈਂ ਕਿਹਾ ਵੀ ਇਹ ਤੁਸੀਂ ਦੁਪਹਿਰੇ ਨੂੰ, ਇਹਨੇ ਕਹਿੰਦਾ ਵੀ ਉਹਨੇ ਦੱਸੀ ਗੱਲ ਮੈਨੂੰ, ਕਹਿੰਦਾ ਮੈਨੂੰ ਕਿਸੇ ਨੇ ਦੱਸਿਆ ਵੀ ਤੂੰ ਦੁਪਹਿਰੇ ਨੂੰ ਰੋਟੀ ਮੀਟ ਨਾ ਖਾਣੀ ਆ, ਹਰ ਪਊਆ ਦਾਰੂ ਦਾ ਪੀਣਾ, ਵੀ ਤੂੰ ਆਹ ਜਿਹੜਾ ਮਤਲਬ ਤੇਰਾ ਸਰੀਰ ਆ ਇਹ ਠੀਕ ਹੋ ਜਾਏਗਾ, ਤੂੰ ਫਿੱਟ ਰਹੂਗਾ। ਉਹਦੀ ਪਹਿਲਾਂ ਫੋਟੋ ਵੀ ਪਈ ਆ ਮੇਰੇ ਕੋਲ ਇੱਕ ਪਤਲੇ, ਪਤਲੇ ਸੀਗੇ ਮੋਟੇ ਹੋਣ ਵਾਸਤੇ ਕੰਮ। ਹਾਂਜੀ ਹਾਂ, ਉਹ ਜਾਣੀ ਕਹਿੰਦਾ ਮੈਨੂੰ ਕਿਸੇ ਨੇ ਦੱਸਿਆ, ਉਹ ਕੰਮ ਕਰਕੇ ਮੈਂ ਜਾਣੀ ਉੱਥੇ ਮੇਰੇ ਖਿਆਲ ਰਿਹਾ ਹੂੰ 4-5 ਦਿਨ ਤੱਕ ਲਗਾਤਾਰ ਆਹੀ ਕੰਮ ਚੱਲਦਾ ਰਿਹਾ। ਇਹ ਕਰਕੇ ਜਾਣੀ ਉਹ ਮੈਂ ਥੋੜ੍ਹਾ ਚਿਰ ਬਾਅਦ ਦੇਖਿਆ ਉਹ ਠੀਕ ਵੀ ਰਿਹਾ ਉਹਨਾਂ ਨੂੰ, ਕਿਸੇ ਨੇ ਜਿਵੇਂ ਦੱਸਿਆ ਹੋਊਗਾ ਜਾਂ ਕੋਈ ਤਜਰਬਾ ਹੋਊ ਅਗਲੇ ਦਾ, ਉਸ ਕਰਕੇ। ਹਾਂਜੀ, ਦੀਦਾਰ ਸੰਧੂ ਭਾਜੀ ਦੇ ਨਾਲ ਚੱਲ ਗਏ ਜਿੱਦਾਂ ਉਹ ਪਿੰਡੋ ਭਰਵਾਲ ਤੋਂ ਦਫ਼ਤਰ ਆਉਂਦੇ ਸੀ ਜੀ, ਐਡਾ ਲੱਸੀ ਦਾ ਡੋਲੂ ਰੋਟੀਆਂ ਉਹ ਵਾਧੂ ਲੈ ਕੇ ਆਉਂਦੇ ਸੀ, ਤੇ ਪਹਿਲਾਂ ਤਾਂ ਮੈਂ ਇੱਕ ਦੋ ਦਿਨ ਫਿਰ ਇੱਦਾਂ ਰੋਟੀ ਪਾਣੀ ਖਾਂਦਾ ਰਿਹਾ, ਜਿੱਦਾਂ ਉਹਨੇ ਦਫ਼ਤਰ ਲਿਆਉਂਦੇ ਰਿਹਾ, ਮੈਂ ਉਹਨਾਂ ਦੇ ਦਫ਼ਤਰ ਵੀ ਸੁੱਤਾ ਦਿਹਾੜੀ ਦੋ ਕਰਾਤਾ ਮੈਂ। ਉਸ ਤੋਂ ਬਾਅਦ ਫਿਰ ਉਹ ਮੈਨੂੰ ਆਪਣੇ ਪਿੰਡ ਲੈ ਗਿਆ ਜੀ। ਅੱਛਾ, ਦੀਦਾਰ ਸੰਧੂ ਜੀ ਆਪਣੇ ਪਿੰਡ ਲੈ ਗਏ? ਉਹਨਾਂ ਕੋਲ ਮੈਂ ਘੱਟੋ ਘੱਟ ਮਹੀਨਾ ਕੁ ਰਿਹਾ ਫਿਰ ਜੀ। ਭਰਵਾਲ ਰਹੇ ਤੁਸੀਂ? ਭਰਵਾਲ, ਹਾਂਜੀ, ਪਿੰਡ ਵੀ ਅਤੇ ਪਿੰਡ, ਉਹਨਾਂ ਨੇ ਦਫ਼ਤਰ ਨੂੰ ਵੀ ਲੈ ਆਉਣਾ ਮੈਨੂੰ। ਤੁਹਾਨੂੰ ਉਸ ਟਾਈਮ ਇਹ ਹੁੰਦਾ ਸੀਗਾ ਜੀ, ਗੱਡੀ 'ਚ ਝੂਟਾ ਨਹੀਂ ਲਿਆ ਸੀ, ਜਦੋਂ ਭਰਵਾਲ ਤੋਂ ਲੁਧਿਆਣੇ ਗੱਡੀ ਦੇ ਵਿੱਚ ਲੈ ਕੇ ਆਉਣਾ, ਸਾਨੂੰ ਚਾਹ ਚੜ੍ਹਦਾ ਗੱਡੀ 'ਚ ਬੈਠੇ ਜੀ ਅੱਜ, ਅਤੇ ਕਰਦੇ ਕਰਾਉਂਦੇ ਫਿਰ ਮੇਰੀ ਉਸਤਾਦ ਜੀ ਨੇ ਫਿਰ ਜਗਮੋਹਣ ਵੀ ਛੋਟੇ ਹੋਣੇ ਆ ਜੁੜੀ ਕੋਈ ਯਾਦ? ਹਾਂਜੀ ਹਾਂਜੀ, ਜਗਮੋਹਣ ਜਦੋਂ ਕੋਈ ਸਮਾਨ ਲੈਣ ਜਾਣਾ ਤਾਂ ਮੈਨੂੰ ਪਤਾ ਜੀਪ ਦੇ ਵਿੱਚ ਮੈਂ ਇਹਨਾਂ ਦਾ ਕਈ ਵਾਰ ਗਿਆ ਸੀ। ਅੱਛਾ ਅੱਛਾ, ਤੁਸੀਂ ਤੇ ਜਗਮੋਹਣ ਨੇ ਮਤਲਬ ਜੀਪ 'ਚ ਝੂਟੇ ਲਏ ਉਹਦੇ ਨਾਲ? ਉਹਨਾਂ ਨਾਲ ਝੂਟੇ, ਅਜੇ ਮੈਨੂੰ ਇੰਨਾ ਨਹੀਂ ਉਦੋਂ ਪਤਾ ਸੀ ਜਿੱਦਾਂ ਪਰ ਵਾਲ ਦੀਦਾਰ ਸੰਧੂ ਜੀ ਦੇ ਘਰ ਨਾਲ ਵੀ ਤੁਹਾਡੀਆਂ ਬਹੁਤ ਜ਼ਿਆਦਾ ਜੁੜੀਆਂ।
ਜੀ। ਅੱਛਾ, ਦੀਦਾਰ ਸੰਧੂ ਜੀ ਬਾਰੇ ਕੋਈ ਦੋ ਸ਼ਬਦ ਦੱਸੋ, ਕਿੱਦਾਂ ਦੇ ਇਨਸਾਨ ਸੀਗੇ? ਕਿਸੇ ਨਾਲ ਕੋਈ ਵੈਰ ਵਿਰੋਧ ਨੀ, ਹੱਸੀ ਜਾਣਾ, ਕਮੇਟੀ ਜੀ ਕਰੀ ਜਾਂਦੇ ਹੁੰਦੇ ਸੀ। ਤੇ ਉਹਨਾਂ ਦੀ ਜਦੋਂ ਬਿਮਾਰ ਸੀ ਨਾ, ਤੇ ਮੈਂ ਪਤਾ ਲੈਣ ਗਈ ਉਹਨਾਂ ਦਾ, ਭਾਜੀ ਹੁਣਾਂ ਦਾ ਹੋਸਪਿਟਲ ਚ। ਤੇ ਮੈਂ ਭਾਜੀ ਨੂੰ ਕਿਹਾ, ਮੈਂ ਕਿਹਾ ਭਾਜੀ ਕੀ ਹਾਲ ਆ, ਠੀਕ ਹੋ? ਹਾਂ, ਕਹਿੰਦੇ ਮੈਨੂੰ ਕੀ ਹੋਇਆ, ਮੈਂ ਠੀਕ ਹਾਂ। ਹੱਸੀ ਜਾਂਦੇ ਸੀ, ਉਹਨਾਂ ਨੂੰ ਨਹੀਂ ਸੀ ਪਤਾ। ਦੋ ਚਾਰ ਦਿਨਾਂ ਬਾਅਦ ਹੀ ਫਿਰ ਹੋ ਗਿਆ, ਪੂਰੇ ਹੋ ਗਏ ਉਹ। ਤੇ ਮੈਂ ਕਿਹਾ ਭਾਜੀ ਵੀ ਮੈਨੂੰ ਪਤਾ ਲੱਗਿਆ ਵੀ ਖੂਨ ਦੀ ਜ਼ਰੂਰਤ ਆ ਤੁਹਾਨੂੰ। ਅੱਛਾ। ਤੇ ਮੈਂ ਕਿਹਾ ਵੀ ਮੈਂ ਚਾਹੁੰਦੀ, ਮੈਨੂੰ ਪਤਾ ਲੱਗ ਗਿਆ ਸੀ ਵੀ ਉਹਨਾਂ ਦਾ ਪੋਜ਼ਿਟਿਵ, ਉਹ ਪੋਜ਼ਿਟਿਵ ਸੀਗਾ ਖੂਨ, ਮੇਰਾ ਵੀ ਉਹੀ ਆ ਜੀ। ਤੇ ਮੈਂ ਕਿਹਾ ਵੀ ਮੈਂ ਤੁਹਾਨੂੰ ਨਾ ਵੀ ਚਾਹੁੰਦੀ ਹਾਂ, ਮੇਰੇ ਮਨ 'ਚ ਹੈਗਾ ਵੀ ਜੇ ਖੂਨ ਦੀ ਲੋੜ ਹੈ ਤਾਂ ਮੈਂ ਦਿੰਦੀ ਹਾਂ ਜੀ। ਨਾ ਨਾ, ਕਹਿੰਦੇ ਭਾਈ ਮੈਂ ਤਾਂ 2-in-1 ਹੋ ਜਾ, ਕਹਿੰਦੇ ਮੈਂ ਤਾਂ ਤੇਰੇ ਵਾਲੇ ਗਾਣੇ ਵੀ ਗਾਉਣ ਲੱਗ ਜਾਊਂਗਾ। ਮਜ਼ਾਕੀਆ ਮੂਡ ਸੀਗਾ ਉਹਨਾਂ ਦਾ, ਬੜਾ ਬੜਾ ਸਾਇਆ ਉਹਨਾਂ ਨੇ। ਨਾ 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 ਭਾਈ, ਕਹਿੰਦੇ ਮੈਂ ਤਾਂ ਮਿਲਨ ਸਿੰਘ ਬਣ ਜੂ ਫਿਰ, ਦੋਨੋਂ ਵਾਜਾਂ ਕੱਢਣ ਲੱਗ ਜੂ। ਅੱਛਾ ਭੈਣ ਜੀ, ਦੀਦਾਰ ਸੰਧੂ ਜੀ ਨਾਲ ਜਿਹੜੇ ਤੁਹਾਡੀ ਕੈਸਟ ਆਈ ਆ, ਉਹਦੇ ਵਿੱਚ ਤੁਹਾਡੇ ਬੜੇ ਖੂਬਸੂਰਤ ਗੀਤ ਹੈ। ਹਾਂਜੀ ਹਾਂਜੀ, ਵੇ ਮੈਂ ਵੇ ਦਿਓਰਾ ਮੈਂ ਨੱਚਦੀ ਆਵਾਂਗੇ ਨਾ, ਬੜਾ ਖੂਬਸੂਰਤ ਤੁਹਾਡਾ ਉਹਦੇ ਬੋਲ ਭਾਬੀ ਨਹੀਂ ਮੈਂ ਬੋਲੀ ਪਾਵਾਂਗੇ ਨਾ। ਤੇ ਇੱਕ ਸੀਗਾ ਤੇਰਾ ਆਉਣਾ ਨਹੀਂ ਸਮੁੰਦਰਾਂ ਦੀ ਛਾਲ ਵਰਗਾ, ਛਾਲ ਵਰਗਾ। ਕੋਈ ਗੀਤੀਆਂ ਲੈਣਾ ਵੀ ਆਪਾਂ ਦਰਸ਼ਕਾਂ ਨਾਲ ਜ਼ਰੂਰ ਸਾਂਝੀਆਂ ਕਰਨੀਆਂ। ਜੀ ਹਾਂ ਜ਼ਰੂਰ। ਰਾਤ ਪਈ ਅੱਧੀ ਗਈ, ਰਾਤ ਪਈ ਅੱਧੀ ਗਈ, ਤੇ ਅਖੀਰ ਮੁੱਕ ਗਈ, ਮੇਰੀ ਮਾਹੀ ਮਾਹੀ ਕਹਿੰਦੀ ਦੀ ਜ਼ੁਬਾਨ ਸੁੱਕ ਗਈ, ਮੇਰੀ ਮਾਹੀ ਮਾਹੀ ਕਹਿੰਦੀ ਦੀ ਜ਼ੁਬਾਨ ਸੁੱਕ ਗਈ। ਰਾਤ ਪਈ ਅੱਧੀ ਗਈ, ਤੇ ਅਖੀਰ ਮੁੱਕ ਗਈ, ਮੇਰੀ ਮਾਹੀ ਮਾਹੀ ਕਹਿੰਦੀ ਦੀ ਜ਼ੁਬਾਨ ਸੁੱਕ ਗਈ, ਮੇਰੀ ਮਾਹੀ ਮਾਹੀ ਕਹਿੰਦੀ ਦੀ ਜ਼ੁਬਾਨ ਸੁੱਕ ਗਈ। ਵਾਹ ਜੀ ਵਾਹ, ਵਾਹ ਜੀ ਵਾਹ। ਥੈਂਕ ਯੂ ਜੀ। ਇੱਕ ਵਾਰੀ ਦੀ ਗੱਲ ਆ ਕਿ ਜ਼ਹੀਰ ਸਾਹਿਬ ਉਹ ਜਿਹੜੇ ਹੈਗੇ ਸੀਗੇ ਨਾ, ਆਪਣਾ ਬੜੇ ਹੀ ਗੁਣੀ ਬੰਦੇ ਉਹ ਆਪਣੇ ਹੋਏ ਆ ਜੀ, ਮੈਨੂੰ ਨਾ ਪੂਰਨ ਸ਼ਾਹ ਕੁੱਟੀ ਦੇ ਨਾਲ ਹੀ ਹੁੰਦੇ ਸੀਗੇ, ਉਹ ਦੁਗਾਣੇ ਵੀ ਗਾਉਂਦੇ ਹੁੰਦੇ ਸੀਗੇ। ਬਰਕਤ ਸਿੱਧੂ, ਬਰਕਤ ਸਿੱਧੂ ਜੀ, ਹਾਂ। ਉਹ ਬਰਕਤ ਸਿੱਧੂ ਜੀ ਗਏ ਕਿਤੇ ਦਿੱਲੀ ਰਿਕਾਰਡਿੰਗ ਲਈ ਜੀ, ਤੇ ਵੇਖੋ ਉਹਨਾਂ ਨੂੰ ਵੀ ਜ਼ਹੀਰ ਸਾਹਿਬ ਕਹਿ ਦਿੰਦੇ ਹੁੰਦੇ ਸੀ, ਅਰੇ ਆਪ ਵੀ ਮਿਹਨਤ ਕਰੋ। ਉਹਨਾਂ ਦੇ ਨਾਲ ਇੱਕ ਲੇਡੀ ਸੀਗੀ, ਸਾਡੇ ਵੇਖਣ ਦੀ ਗੱਲ, ਜਮੀਲਾ ਬਾਨੋ, ਜਮੀਲਾ ਬਾਨੋ, ਹਾਂਜੀ। ਉਹ ਵੀ ਉਦੋਂ ਮੇਰੀ ਤੇ ਰਮਲੇ ਦੀ ਰਿਕਾਰਡਿੰਗ ਹੋ ਰਹੀ ਸੀ, ਤੇ ਉਹ ਵੀ ਗਏ ਸੀਗੇ ਉੱਥੇ ਜੀ, ਤੇ ਉਹਨਾਂ ਨੂੰ ਸੱਚੀ ਮੋੜਤਾ ਉਹਨਾਂ ਨੇ ਜੀ। ਸਾਨੂੰ ਤਾਂ ਪਤਾ ਸੀ ਵੀ ਉਹ ਕਿੰਨਾ ਵਧੀਆ ਗਾਉਂਦੇ ਆ ਬਰਕਤ ਸਿੱਧੂ ਜੀ, ਹਨਾ। ਤੇ ਉਹਨਾਂ ਨੂੰ ਕਹਿੰਦੇ ਜ਼ਹੀਰ ਸਾਹਿਬ, ਅਰੇ ਆਪ ਦੀਦਾਰ ਸੰਧੂ ਜੈਸਾ ਗਾਓ। ਅੱਛਾ ਜੀ, ਹਾਲਾਂਕਿ ਸੰਧੂ ਸਾਹਿਬ ਬਿਲਕੁਲ ਸਿੱਧਾ ਗਾਉਂਦੇ, ਬਸ ਉਹਨਾਂ ਦੇ ਦਿਮਾਗ 'ਚ ਰਿਕਾਰਡ ਸੀ ਬਣਿਆ ਵੀ ਉਹਦੇ ਗਾਣੇ ਇੰਨੇ ਵਿਕਦੇ ਆ, ਤੇ ਹੁਣ ਸਾਨੂੰ ਤਾਂ ਪਤਾ ਸੀ ਉਹ ਵਿਚਾਰੇ ਹਨਾ ਕੀ ਫੀਲ ਕਰਦੇ ਹੋਣੇ ਆ। ਹੋਰ ਇੱਕ ਗੱਲ ਆ, ਮੇਰੇ ਡੈਡੀ ਆਫਿਸ ਜਦੋਂ ਸੀਗੇ ਨਾ ਸਾਡੇ, ਤੇ ਉੱਥੇ ਡੈਡੀ ਮੇਰੇ ਜਾਂਦੇ ਹੁੰਦੇ ਸੀ ਆਫਿਸ, ਤੇ ਉੱਥੇ ਬਹਿ ਕੇ ਨਾ ਦੀਦਾਰ ਭਾਜੀ ਵੀ ਆ ਜਾਂਦੇ ਸੀਗੇ, ਫਿਰ ਛਿੰਦਾ ਜੀ ਨੇ ਵੀ ਆ ਜਾਣਾ, ਫਿਰ ਕਰਨੈਲ ਗਿੱਲ ਨੇ ਆ ਜਾਣਾ, ਉੱਥੇ ਸਾਰਿਆਂ ਨੇ ਬਹਿ ਕੇ ਨਾ ਜੋ ਲਿਆਉਂਦੇ ਹੁੰਦੇ ਸੀਗੇ ਪਿੰਡੋਂ, ਭਾਜੀ ਹੁਣੀ ਲੱਸੀ ਦੀ ਡਰੰਮੀ ਲਿਆਉਂਦੇ ਹੁੰਦੇ ਸੀਗੇ, ਜਾਂ ਕੁਛ ਖਾਣ ਪੀਣ ਨੂੰ ਰੋਟੀਆਂ ਜੋ ਵੀ ਮੱਖਣ ਮੁੱਖਣ ਸਭ ਵਾਧੂ ਲਿਆਉਂਦੇ ਹੁੰਦੇ ਸੀ। ਤੇ ਉਹ ਨਾ ਇੱਕ ਦਿਨ ਬੈਠੇ ਬੈਠੇ ਉਹ ਮੇਰੇ ਡੈਡੀ ਵੀ ਬੈਠੇ, ਤੇ ਉਹ ਜੋ ਸੀਗਾ ਖਾਈ ਜਾਣ, ਹਾਂਜੀ, ਉਹਨਾਂ ਲਈ ਭਾਜੀ ਲਈ ਖਰੇ ਬਚਿਆ ਕਿ ਨਹੀਂ ਬਚਿਆ,
ਤੇ ਉਧਰੋਂ ਨਾ ਇੱਕ ਹਾਥੀ ਜਿਹੜੇ ਹਾਥੀ ਲੈ ਕੇ ਪੰਡਤ ਚ ਨਹੀਂ ਹੁੰਦੇ ਮੰਗਣਾ ਆਉਂਦੇ ਆ ਕਿ ਹਾਥੀ ਨੂੰ ਅਸੀਂ ਦਾਣੇ ਪਾਉਣੇ ਆ ਜੋ ਵੀ ਪਾਉਣਾ ਆ ਸਮਾਨ ਖਾਣ ਪੀਣ ਦਾ ਵੀ ਦਿਓ ਕੁਛ ਜੀ ਜੀ ਤੇ ਦਦਾਰ ਭਾਜੀ ਨੂੰ ਕਹਿੰਦੇ ਆ ਕੇ ਉਹ ਪੰਡਿਤ ਜੀ ਜਿਹੜੇ ਉਹ ਕਹਿੰਦੇ ਜੀ ਸਾਡੇ ਹਾਥੀ ਨੂੰ ਕੁਛ ਦਿਓ ਅਸੀਂ ਭੁੱਖਾ ਸਾਡਾ ਹਾਥੀ ਤੇ ਮੇਰੇ ਡੈਡੀ ਸੀਗੇ ਵਾਵਾ ਭਾਰੇ ਦਦਾਰ ਸੰਧੂ ਜੀ ਕਹਿੰਦੇ ਵੀ ਭਾਈ ਮੇਰਾ ਹਾਥੀ ਤਾਂ ਆਪ ਨੀ ਰੱਜ ਰਿਹਾ ਭੁੱਖਾ ਬੈਠਾ ਤੁਹਾਡਾ ਹਾਥੀ ਕਿੱਥੋਂ ਰਜਾਵਾਂ ਸੰਧੂ ਸਾਹਿਬ ਦੀਆਂ ਇਹੋ ਜਿਹੀਆਂ ਬੜੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਐਨ ਮੌਕੇ ਤੇ ਬੜੇ ਬਹੁਤ ਗੱਲਾਂ ਜੀ ਵੈਸੀ ਗੱਲ ਕਰਦੇ ਸੀ ਬਹੁਤ ਹਸਾਉਂਦੇ ਸੀਗੇ ਕੀ ਬਾਤ ਸੀਗਾ ਜੀ ਪਰਮਾਤਮਾ ਉਹਨਾਂ ਨੂੰ ਸਵਰਗਾਂ ਚ ਵਾਸਾ ਕਰੇ ਉਹਨਾਂ ਦਾ ਗੱਲਾਂ ਵੇਖੋ ਬੰਦੇ ਦੀਆਂ ਗੱਲਾਂ ਬੰਦੇ ਦੇ ਗਾਣੇ ਯਾਦ ਰਹਿੰਦੇ ਆ ਨਾ ਵੇਖੋ ਆਪ ਨਹੀਂ ਹੁੰਦਾ ਬਿਲਕੁਲ ਜੀ ਇੱਕ ਪੰਜਾਬੀ ਗਾਇਕੀ ਦਾ ਇੱਕ ਪੂਰਾ ਯੁੱਗ ਕਹਿ ਸਕਦੇ ਹਾਂ ਜੀ ਦੀਦਾਰ ਸੰਧੂ ਜੀ ਬਿਲਕੁਲ ਅੱਜ ਦੇਖੋ ਉਹਨਾਂ ਦੇ ਗਾਣਿਆਂ ਤੇ ਪੀਐਚਡੀ ਹੋ ਰਹੀ ਹੈ ਸੰਧੂ ਸਾਹਿਬ ਦੇ ਗਾਣਿਆਂ ਦੇ ਇਹ ਮਾਣ ਕਿਸੇ ਹੋਰ ਕਲਾਕਾਰ ਨੂੰ ਨਹੀਂ ਮਿਲਿਆ ਨਹੀਂ ਨਹੀਂ ਬਿਲਕੁਲ ਉਹਨਾਂ ਦੀ ਲਿਖਣੀ ਉਹ ਤਾਂ ਨਾ ਉਹਨਾਂ ਦੀ ਲਿਖਣੀ ਐ ਸੀ ਅੱਛਾ ਮੈਂ ਤੁਹਾਨੂੰ ਦੱਸਦੀ ਆ ਜਿਹੜਾ ਗਾਣਾ ਨਾ ਉਹਨਾਂ ਨੇ ਬੋਲ ਭਾਬੀ ਨੇ ਮੈਂ ਬੋਲੀ ਪਾਵਾਂਗੀ ਨਾ ਜੀ ਅਸੀਂ ਇੱਕ ਰੂਮ 'ਚ ਇੱਕ ਕਮਰੇ 'ਚ ਬੈਠੇ ਸੀਗੇ ਜੀ ਤੇ ਭਾਜੀ ਪੱਗ ਬੰਨਦੇ ਸੀਗੇ ਜੀ ਇੱਕ ਲੜ ਬੰਨ ਲੈਣ ਤੇ ਇੱਕ ਲਾਈਨ ਲਿਖ ਲੈਣ ਵਾਹ ਬੋਲ ਭਾਬੀਆਂ ਨੇ ਮੈਂ ਬੋਲੀ ਪਾਵਾਂ ਕਿ ਨਾ ਉਦੋਂ ਦੂਜੇ ਦਿਨ ਸਾਡੀ ਰਿਕਾਰਡਿੰਗ ਸੀ ਵਾਹ ਦੇਖੋ ਐ ਕੋਈ ਲਿਖਦਾ ਮੈਂ ਨਹੀਂ ਵੇਖਿਆ ਜ਼ਿੰਦਗੀ 'ਚ ਨਹੀਂ ਜੀ ਨਹੀਂ ਉਹ ਦਦਾਰ ਭਾਜੀ ਕਦੇ ਕਿਸੇ ਦਾ ਕੋਈ ਗੀਤ ਨਹੀਂ ਸੀ ਗਾਉਂਦੇ ਅੱਛਾ ਆਪ ਲਿਖਦੇ ਤੇ ਸਬੱਬ ਨਸੀਬ ਬਣਿਆ ਮੇਰਾ ਇੱਕ ਗੀਤ ਸੀ ਉਹਦੇ 'ਚ ਅੱਛਾ ਉਹ ਵੀ ਜਿਹੜਾ ਗੀਤ ਸੀ ਗੱਲ ਸੁਣ ਦਿਓ ਰਾ ਵੇ ਮੈਂ ਨੱਚਦੀ ਆਵਾਂ ਕਿ ਨਾ ਜਦੋਂ ਭਾਜੀ ਨੇ ਗੀਤ ਸੁਣਾਇਆ ਅਹੁਜਾ ਸਾਹਿਬ ਮਿਊਜ਼ਿਕ ਬੈਠੇ ਸੀ ਬਣਾ ਰਹੇ ਅੱਛਾ ਦਿੱਲੀ ਦਿੱਲੀ ਅਹੁਜਾ ਸਾਹਿਬ ਕਹਿੰਦੇ ਯਾਰ ਦਦਾਰ ਮੈਂ ਇਹ ਗੀਤ ਬੰਬੇ ਕਰਨਾ ਚਾਹੁੰਦਾ 20 ਮਿਊਜ਼ੀਸ਼ੀਅਨਾਂ ਨਾਲ ਵੀ ਤੂੰ ਗੀਤ ਛੱਡ ਇਹ ਗੀਤ ਨੂੰ ਮੈਂ ਬਾਅਦ 'ਚ ਕਰੂੰਗਾ ਹੁਣ ਨਹੀਂ ਕਰਨਾ ਦਦਾਰ ਭਾਜੀ ਕਹਿੰਦੇ ਨਹੀਂ ਯਾਰ ਮੈਂ ਕਰਨਾ ਉਹਦੇ ਗੀਤ ਹੈ ਨਹੀਂ ਹੋਰ ਉਹ ਕਹਿੰਦੇ ਗੀਤ ਭਿੰਦਰ ਤੋਂ ਲੈ ਲਾ ਜੀ ਤੇ ਕਹਿੰਦੇ ਯਾਰ ਮੈਂ ਕਦੇ ਕਿਸੇ ਦਾ ਗਾਇਆ ਨਹੀਂ ਭਾਜੀ ਕਹਿੰਦੇ ਚੱਲ ਫਿਰ ਵੀ ਜੇ ਅਹੁਜਾ ਸਾਹਿਬ ਕਹਿੰਦੇ ਵੀ ਜੇ ਤੈਨੂੰ ਵਧੀਆ ਲੱਗਿਆ ਤਾਂ ਆਪਾਂ ਕਰਾਂਗੇ ਜੇ ਤੇਰੇ ਮੇਚ ਦਾ ਨਾ ਹੋਇਆ ਤਾਂ ਆਪਾਂ ਨਹੀਂ ਕਰਦੇ ਜੀ ਉਦੋਂ ਡਿਊਟਾਂ ਦਾ ਦੌਰ ਸੀ ਮੈਨੂੰ ਵੀ ਬੜਾ ਸ਼ੌਂਕ ਸੀ ਚੀਜ਼ ਕਰਦਾ ਸੀ ਵੀ ਸੰਧੂ ਭਾਜੀ ਜਿਹਦਾ ਗੀਤ ਗਾ ਦੇ ਨੂੰ ਬੰਦਾ ਅਮਰ ਹੋ ਜਾਣਾ ਅਤੇ ਸ਼ਾਇਦ ਮੇਰੇ ਖਿਆਲ 'ਚ ਜੇ ਮੈਨੂੰ ਵਧੀਆ ਗੀਤਕਾਰੀ ਦਾ ਖਿਤਾਬ ਮਿਲਿਆ ਅਤੇ ਜਾਂ ਮੇਰਾ ਗੀਤਕਾਰੀ ਦਾ ਕੱਦ ਉੱਚਾ ਹੋਇਆ ਉਹ ਦਦਾਰ ਸੰਧੂ ਸਾਹਿਬ ਦੇ ਗੀਤ ਦੀ ਬਦੌਲਤ ਹੀ ਕੀ ਬਾਤ ਹੈ ਜੀ ਕੀ ਬਾਤ ਹੈ ਸੰਧੂ ਸਾਹਿਬ ਦੇ ਨਾਲ ਤੁਸੀਂ ਕੰਮ ਕੀਤਾ ਹਾਂਜੀ 12 ਗੀਤ ਰਿਕਾਰਡ ਕੀਤੇ ਬਹੁਤ ਅੱਛੇ ਗੀਤ ਸੀ ਉਸ ਟੇਪ ਸਾਰੇ ਮਾਹੀ ਮਾਹੀ ਕਹਿੰਦੀ ਦੀ ਜਵਾਨ ਸੁੱਕ ਗਈ ਤੇਰਾ ਆਉਣਾ ਨਹੀਂ ਸਮੁੰਦਰਾਂ ਦੀ ਛੱਲ ਵਰਗਾ ਜੀ 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 ਅਤੇ ਮੋਤੀ ਬਾਗ ਦਾ ਤੋਤਾ ਸਹੇਲੀ ਉਹ ਕੀ ਮੰਗਦਾ ਗੱਲ ਸੁਣਦੇ ਹੋ ਰਾਵੇ ਮੈਂ ਨੱਚਦੀ ਆਵਾਂ ਕਿ ਨਾ ਜੀ ਛੱਡਿਆ ਤਖ਼ਤ ਹਜ਼ਾਰਾ ਇੱਕ ਮੇਰਾ ਗੀਤ ਸੀਗਾ ਵੇਖਿਆ ਜੇਠ ਜਠਾਣੀ ਦੇ ਬੁੱਲਾਂ ਨੂੰ ਸੁਰਖੀ ਲਾਉਂਦਾ ਹਾਂਜੀ ਉਹ ਵੀ ਬਹੁਤ ਮਤਲਬ ਸਫਲ ਤਜਰਬਾ ਸੀ ਸਫਲ ਤਜਰਬਾ ਇਹ ਜਿਹੜਾ ਬੋਲ ਭਾਬੀ ਇਹ ਸੀਗਾ ਇਹ ਫਿਰ ਮਤਲਬ ਰਿਕਾਰਡ ਕਰਤਾ ਇਹਨੀ ਹਾਂ ਦਦਾਰ ਭਾਜੀ ਕਹਿੰਦੇ ਵੀ ਉਹ ਤੁਸੀਂ ਬਾਅਦ 'ਚ ਦੁਬਾਰਾ ਕਰ ਲਿਓ ਹੁਣ ਮੈਂ ਜ਼ਰੂਰ ਕਰੂੰ ਹੁਣ ਮੈਂ ਕਰਨਾ ਕਰਾਂ ਤੂੰ ਵਾਕਈ ਗੀਤ ਬਹੁਤ ਵਧੀਆ ਸੀ ਬਹੁਤ ਹੀ ਪਿਆਰੀ ਜਦੋਂ ਗੀਤ ਅੱਜ ਵੀ ਵੱਜਦਾ ਤੇ ਅੱਛਾ ਉਸ ਗਾਣੇ 'ਚ ਸਾਰੇ ਆਪਾਂ ਸਾਰੇ ਗਾਣੇ ਸੁਣਦੇ ਹਾਂ ਉਹਦਾ ਜਿਹੜਾ ਰਿਦਮ ਪੈਟਰਨ ਆ ਉਹ ਵੀ ਬਹੁਤ ਅਲੱਗ ਰੱਖਿਆ ਹੋਇਆ ਅਹੁਜਾ ਸਾਹਿਬ ਨੂੰ ਬਹੁਤ ਜ਼ਿਆਦਾ ਪਸੰਦ ਸੀ ਨਹੀਂ ਉਹ ਅਹੁਜਾ ਸਾਹਿਬ ਦੀ ਜਿਹੜੀ ਸੋਚ ਸੀ ਨਾ ਉਦੋਂ ਸਾਡੇ ਕੋਲ ਮਿਊਜ਼ੀਸ਼ੀਅਨ 8 ਜਾਂ 9 ਸੀ ਦਿੱਲੀ ਜੀ ਇਹ ਕਹਿੰਦੇ ਮੈਂ ਘੱਟੋ ਘੱਟ 20 ਮਿਊਜ਼ੀਸ਼ੀਅਨਾਂ 'ਚ ਗੀਤ ਕਰਨਾ ਵੀ ਇਹਦਾ ਜਿਹੜਾ ਬੀਟ ਮਤਲਬ ਬਹੁਤ ਵਧੀਆ ਗੀਤ ਬਣਾਉਣਾ ਹੈ ਨੱਚਣ ਵਾਲਾ ਫਿਰ ਵੀ ਉਹਦੀ ਬੀਟ ਜਿਹੜੀ ਉਹ ਵੈਸਟਰਨ ਟਾਈਪ ਆ ਬੜੀ ਅਲੱਗ ਆ ਬਹੁਤ ਬਹੁਤ ਅਲੱਗ ਹੈ ਬਿਲਕੁਲ ਬਿਲਕੁਲ ਔਰ ਸੁੱਖੀ ਜੀ ਦੀ ਉਹਨਾਂ ਦੀ ਆਵਾਜ਼ ਜਿਹੜੀ ਆ ਬੜੀ ਬੜਾ ਉਹਦੇ 'ਚ ਆ ਬਹੁਤ ਵਧੀਆ ਬਹੁਤ ਸੁਮੇਲ ਬਹੁਤ ਵਧੀਆ ਉਸ ਤੋਂ ਬਾਅਦ ਫਿਰ ਸਨੇਹ ਲਤਾ ਸੀਗੀ ਜਿਹੜੀ ਸਨੇਹ ਲਤਾ ਦੀ ਮੈਰਿਜ ਸੀਗੀ ਹੈ ਨਾ ਤੇ ਉਹਨੂੰ ਕੁੜੀ ਦੀ ਲੋੜ ਸੀ ਤੇ ਮੈਂ ਉਦੋਂ ਕਾਫੀ ਮਤਲਬ ਵਧੀਆ ਗਾਉਣ ਲੱਗ ਗਈ ਸੀ ਹੈ ਨਾ ਤੇ ਉਹਨਾਂ ਨੇ ਇੱਕ ਵਾਰੀ ਸਾਨੂੰ ਮੇਰੇ ਡੈਡੀ ਨੂੰ ਤੇ ਮੈਨੂੰ ਹੁਣ ਦਦਾਰ ਨੂੰ ਕੁੜੀ ਚਾਹੀਦੀ ਸੀ ਹੈ ਨਾ ਤੇ ਅਸੀਂ ਮਾਰਕੀਟ ਵਿੱਚ ਆ ਗਏ ਸੀ ਤੇ ਉਹ ਕਹਿੰਦੇ ਵੀ ਅਸੀਂ ਹੁਣ ਕੁਲਦੀਪ ਕੌਰ ਦੇ ਡੈਡੀ ਨੂੰ ਬੁਲਾਉਂਦੇ ਹਾਂ ਤੇ ਕੁਲਦੀਪ ਕੌਰ ਨੂੰ ਸੁਣਦੇ ਹਾਂ ਜਦੋਂ ਉਹ ਅਸੀਂ ਗਏ ਉੱਥੇ ਉਹਨਾਂ ਦੇ ਆਫਿਸ ਗਏ ਤੇ ਉਹਨਾਂ ਨੇ ਸੁਣਿਆ ਤੇ ਉਹ ਕਹਿੰਦੇ ਜੀ ਕੁਲਦੀਪ ਕੌਰ ਦੀ ਤਾਂ ਆਵਾਜ਼ ਸਨੇਹ ਲਤਾ ਵਰਗੀ ਆ ਤੇ ਮੈਂ ਬੜੀ ਖੁਸ਼ੀ ਹੋਈ ਕਹਿੰਦੇ ਚੰਗਾ ਜੀ ਹੁਣ ਫਿਰ ਮੇਰਾ ਗਾਉਣ ਲੱਗ ਗਏ ਉਹ ਤੇ ਅਸੀਂ ਪ੍ਰੋਗਰਾਮ ਕਰਦੇ ਕਰਦੇ ਫਿਰ ਕਹਿੰਦੇ ਹੁਣ ਰਿਕਾਰਡਿੰਗ ਕਰਾਉਂਦੇ ਇਹਦੀ ਤੇ ਰਿਕਾਰਡਿੰਗ ਕਰਾਉਣ ਜਦੋਂ ਅਸੀਂ ਗਏ ਤੇ ਉਹ ਮੰਨਦੇ ਨਹੀਂ ਸੀ ਅੱਛਾ ਇਸ ਮਾਸਟਰ ਵਾਈਜ਼ ਵਾਲੇ ਅੱਛਾ ਕਹਿੰਦੇ ਇਹਦਾ ਪਹਿਲੋਂ ਨਹੀਂ ਚੱਲਿਆ ਗੀਤ ਅੱਛਾ ਤੇ ਉਹ ਕਹਿੰਦੇ ਵੀ ਅਸੀਂ ਹੁਣ ਇਹਦਾ ਮਤਲਬ ਕੁਲਦੀਪ ਕੌਰ ਨੂੰ ਇਹਦਾ ਦਿਲ ਟੁੱਟ ਜੂਗਾ ਦਦਾਰ ਭਾਜੀ ਉਹਨੂੰ ਜ਼ਹੀਰ ਸਾਹਿਬ ਸੀਗੇ ਹੈ ਨਾ ਜੀ ਜੀ ਤੇ ਉਹਨੂੰ ਲੈ ਕੇ ਚਲੇ ਗਏ ਕਹਿੰਦੇ ਵੀ ਇਹ ਵਿਚਾਰੇ ਦਾ ਦਿਲ ਟੁੱਟ ਜੂ ਵੀ ਤੁਸੀਂ ਗੀਤ ਕਰ ਲਓ ਜੇ ਨਾ ਚੱਲਿਆ ਤੇ ਮੈਂ ਪੈਸੇ ਮਤਲਬ ਮੈਂ ਦੇ ਦੂੰ ਸਾਰੇ ਗੀਤ ਹਾਂ ਹਾਂ ਤੇ ਉਹ ਫਿਰ ਘੱਗਰੇ ਦੀ ਲਾਉਣ ਭੇਜ ਗਈ ਗੀਤ ਆਇਆ ਜੀ
ਤੇ ਉਹ ਨਹੀਂ ਇਹ ਇੱਕ ਗੀਤ ਸੀਗਾ ਕਿ ਜ਼ਿਆਦਾ ਨਾ ਨਾ ਇਹ ਫੋਰ ਇਹ ਚਾਰ ਗਾਣੇ ਸੀ ਈਪੀ ਸੀ ਹਾਂਜੀ ਈਪੀ ਸੀ ਚਾਰ ਸੀ ਚਾਰ ਗੀਤ ਸੀਗੇ ਉਹ ਤੇ ਫਿਰ ਘੱਗਰੇ ਦੀ ਵੇਲ ਆਉਣ ਭਿੱਜ ਗਈ ਉਹ ਤੇ ਫਿਰ ਰਾਤੋਂ ਰਾਤ ਮੇਰੇ ਕੋਲ ਉਹ ਤਾਂ ਬਹੁਤ ਵਧੀਆ ਜੀ ਸੁਪਰ ਹਿੱਟ ਫਿਰ ਮੈਂ ਤਾਂ ਸੁਪਰ ਹਿੱਟ ਹੋ ਗਈ ਤੇ ਮਤਲਬ ਫਿਰ ਉਸ ਤੋਂ ਬਾਅਦ ਮੇਰੇ ਦਿਦਾਰ ਜੀ ਨਾਲ ਕਾਫੀ ਗੀਤ ਆਏ ਅੱਛਾ ਜੀ ਉਸ ਤੋਂ ਬਾਅਦ ਫਿਰ ਹਾਂ ਬਹੁਤ ਗੀਤ ਆਏ ਤੇ ਦੀਦਾਰ ਸੰਧੂ ਜੀ ਨਾਲ ਕਾਫੀ ਪ੍ਰੋਗਰਾਮ ਲਾਏ ਫਿਰ ਬਹੁਤ ਜੀ ਸਾਢੇ ਤਿੰਨ ਸਾਲ ਗਾਇਆ ਮੈਂ ਸਾਢੇ ਤਿੰਨ ਸਾਲ ਤੁਸੀਂ ਉਹਨਾਂ ਨਾਲ ਗਾਇਆ ਅੱਛਾ ਦੀਦਾਰ ਜੀ ਕਿੱਦਾਂ ਦੇ ਪਰਸਨ ਸੀਗੇ ਬਹੁਤ ਵਧੀਆ ਜੀ ਬਹੁਤ ਵਧੀਆ ਇਨਸਾਨ ਸੀ ਮੈਂ ਤੇ ਅਸੀਂ ਤਾਂ ਉਹਨਾਂ ਦੇ ਬੱਚਿਆਂ ਦੇ ਨਾਲ ਹੀ ਪੜ੍ਹ ਵੀ ਉੱਥੇ ਹੀ ਰਹਿਣਾ ਉੱਥੇ ਹੀ ਖਾਣਾ ਖਾਣਾ ਇੱਕ ਇੱਕ ਹਫ਼ਤਾ ਪਿੰਡ ਜਾਂਦੇ ਹੁੰਦੇ ਸੀ ਪਿੰਡ ਭਰਵਾਲ ਅੱਛਾ ਜੀ ਹਾਂਜੀ ਹਾਂਜੀ ਮਤਲਬ ਜਗਮੋਹਨ ਹੋਣਾ ਦੇ ਜਗਮੋਹਨ ਹਾਂਜੀ ਦੀਪਾ ਉਹਦੀ ਕੁੜੀ ਸੀ ਜਗਮੋਹਨ ਤੇ ਅਸੀਂ ਉੱਥੇ ਹੀ ਰਹਿਣਾ ਜਿਵੇਂ ਬੱਚੇ ਹੁੰਦੇ ਆ ਸਾਨੂੰ ਪਤਾ ਹੀ ਨਹੀਂ ਸੀ ਹੁੰਦਾ ਤੇ ਉਹਦੀ ਘਰ ਵਾਲੀ ਨੇ ਇੰਨਾ ਪਿਆਰ ਕਰਨਾ ਇੰਨੀ ਵਧੀਆ ਫੈਮਿਲੀ ਆ ਬਹੁਤ ਅੱਛਾ ਜੀ ਜੀ ਜੀ